ਅੱਛਾ ਵੀਰੋ ਹਰੇਕ ਮੁਲਕ ਜਿਹੜਾ ਆ ਉਹ ਕੋਸ਼ਿਸ਼ ਕਰ ਰਿਹਾ ਆ ਕਿ ਸਪੇਸ ਦੇ ਵਿੱਚ ਉਹਦੇ ਜਲਦੀ ਤੋਂ ਜਲਦੀ ਪੈਰ ਲੱਗ ਜਾਣ। ਅਸੀਂ ਨਹੀਂ ਤੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਜ਼ਰੂਰ ਜਿਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਘੁੰਮਣ ਜਾਂਦੇ ਆ ਇਦਾਂ ਜਿਹੜਾ ਆ ਸਪੇਸ ਦੇ ਵਿੱਚ ਘੁੰਮਣ ਜਾਇਆ ਕਰਨਗੇ। ਕਿਉਂਕਿ ਦੋਸਤੋ ਸੁਪਨੇ ਉਹੀ ਪੂਰੇ ਹੁੰਦੇ ਆ ਜਿਹੜੇ ਦੇਖੇ ਜਾਂਦੇ ਆ। ਸੋ ਇਸੇ ਕੜੀ ਦੇ ਵਿੱਚ ਭਾਰਤ ਜਿਹੜਾ ਆ ਉਸਨੇ ਵੀ ਆਪਣਾ ਜਿਹੜਾ ਇੱਕ ਕਦਮ ਅੱਗੇ ਵਧਾਇਆ ਆ। ISRO ISRO ਦਾ ਜਿਹੜਾ ਆ ਉਹ ਗਗਨਯਾਨ ਮਿਸ਼ਨ ਅਗਲੇ ਸਾਲ ਹੋਏਗਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਜਿਹੜੇ ਆ ਉਹਨਾਂ ਨੇ ਕਿਹਾ ਕਿ ਅੰਤਰਿਕਸ਼ ਦੇ ਵਿੱਚ ਮਹਿਲਾ ਰੋਬਟ ਬਾਇਓ ਮਤਰੀ ਜਿਹੜੀ ਆ ਉਹੋ ਭੇਜੀ ਜਾਏਗੀ ਥੋੜੀ ਜੀ ਅਸੀਂ ਗੱਲ ਕਰਦੇ ਆ ਇਹ ਮਿਸ਼ਨ ਗਗਨਯਾਨ ਦੀ 2 ਤੋਂ 3 ਮੈਂਬਰ ਹੋਣਗੇ 3 ਦਿਨ ਦਾ ਮਿਸ਼ਨ ਹੋਏਗਾ ਲਾਗਤ ਜਿਹੜੀ ਆ 10000 ਕਰੋੜ ਆ ਭਾਰਤ ਦਾ ਪਹਿਲਾ ਸਵਦੇਸ਼ੀ ਮਿਸ਼ਨ ਜਿਹਦੇ ਵਿੱਚ ਐਸਟਰੋਨੌਟ ਜਿਹੜੇ ਆ ਉਹ ਸਪੇਸ ਦੇ ਵਿੱਚ ਜਾਣਗੇ ਗਗਨਿਆਨ ਜਿਹੜਾ ਆ ਉਹ 300 ਤੋਂ 400 ਕਿਲੋਮੀਟਰ ਜਿਹੜਾ ਆ ਉੱਪਰ ਧਰਤੀ ਦੇ ਨਿਚਲੇ ਔਰਬਿਟ ਦੇ ਵਿੱਚ ਜਾਏਗਾ 15 ਅਗਸਤ 2018 ਨੂੰ ਜਿਹੜਾ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਉਹ ਮਿਸ਼ਨ ਦਾ ਐਲਾਨ ਕੀਤਾ ਸੀਗਾ ਸੋ ਵੀਰੋ ਮਿਸ਼ਨ ਕਾਮਯਾਬ ਰਿਹਾ ਤੇ ਭਾਰਤ ਜਿਹੜਾ ਆ ਉਹ ਇਨਸਾਨਾਂ ਨੂੰ ਭੇਜਣ ਵਾਲਾ ਚੌਥਾ ਦੇਸ਼ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਅੱਗੇ ਤਿੰਨ ਦੇਸ਼ ਕਿਹੜੇ ਆ ਸੋਵੀਅਤ ਰੂਸ ਅਮਰੀਕਾ ਤੇ ਚਾਈਨਾ ਸੋ ਦੋਸਤੋ ਭਾਰਤ ਦੇ ਇਸ ਮਿਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕ ਉਹ ਸ਼ਾਮਲ ਆ ਰੂਸ ਜਿਹੜਾ ਆ ਉਹ ਐਸਟਰੋਨੌਟ ਨੂੰ ਟ੍ਰੇਨਿੰਗ ਦੇਵੇਗਾ ਫਰਾਂਸ ਮੈਡੀਕਲ ਟੀਮ ਦੀ ਟ੍ਰੇਨਿੰਗ ਦੇਵੇਗਾ ਕੈਨੇਡਾ ਵਿੰਡ ਟਨਲ ਟੈਸਟਿੰਗ ਜਿਹੜੀ ਆ ਉਹ ਕਰੇਗਾ ਰੋਮਾਨੀਆ ਵਿੰਡ ਟਨਲ ਟੈਸਟਿੰਗ ਤੇ ਆਸਟ੍ਰੇਲੀਆ ਜਿਹੜਾ ਆ ਗਰਾਉਂਡ ਸਟੇਸ਼ਨ ਸਪੋਰਟ ਜਿਹੜਾ ਆ ਤੇ ਨਾਲ ਯੂਰੋਪੀਅਨ ਸਪੇਸ ਏਜੰਸੀ ਵੀ ਇਹਦੇ ਵਿੱਚ ਮਦਦ ਕਰੇਗੀ ਸੋ ਵੀਰੋ ਸੂਰਜ ਤੇ ਵੀ ਜਲਦੀ ਭੇਜਿਆ ਜਾਏਗਾ ਉਸ ਮਿਸ਼ਨ ਦਾ ਨਾਮ ਹੋਏਗਾ ਅਦਿੱਤਿਆ L1 ਸੋ ਵੀਰੋ ਹਾਸੇ ਵਾਲੀਆਂ ਗੱਲਾਂ ਲੱਗਦੀਆਂ ਆ ਲੇਕਿਨ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਜਿਹੜਾ ਆ ਉਹ ਜ਼ਰੂਰ ਨਾਮ ਚਮਕਾਏਗਾ ਜਿੱਦਾਂ ਕਿ ਪਹਿਲਾਂ ਉਹਨੇ ਆਪਣੇ ਸਪੇਸ ਮਿਸ਼ਨ ਕਰਕੇ ਸੈਟੇਲਾਈਟ ਛੱਡ ਕੇ ਜਿਹੜਾ ਦੁਨੀਆ ਦੇ ਵਿੱਚ ਨਾਮ ਬਣਾਇਆ ਆ ਸੋ ਉਮੀਦ ਇਹੀ ਕਰਦੇ ਆ ਕਿ ਕਾਮਯਾਬ ਹੋਵੇ ਸਾਡੇ ਜਿਹੜੇ ਵਿਗਿਆਨਿਕ ਆ ਉਹਨਾਂ ਨੂੰ ਸਫਲਤਾ ਮਿਲੇ ਔਰ ਸਾਡੇ ਹੁੰਦੇ ਹੁੰਦੇ ਜਿਹੜਾ ਇਹ ਸਭ ਕੁਝ ਪੋਸੀਬਲ ਹੋਵੇ ਬਾਕੀ ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ